ਐਪੀਸੋਡ 5 ਜਗਤਾਰ ਗਿੱਲ ਜੋ ਪਿੰਡ ਗੁੜਿਆਣਾ ਤੋਂ ਪੰਜਾਬ ਤੋਂ ਬਿਲੋਂਗ ਕਰਦੇ ਸੀਗੇ 43 ਈਅਰਸ ਓਲਡ ਸੀਗੇ ਅਤੇ ਆਪਣੀ 17ਵੀਂ ਐਨੀਵਰਸਰੀ 'ਤੇ ਇਹਨਾਂ ਦੇ ਹਸਬੈਂਡ ਦੀ ਗਰਲਫ੍ਰੈਂਡ ਜੋ ਆਲਸੋ ਇਹਨਾਂ ਦੀ ਗਵਾਂਢਣ ਸੀਗੀ ਇਹਨਾਂ ਨੇ ਡਿਸਾਈਡ ਕੀਤਾ ਕਿ ਇੰਨੇ ਚਿਰ ਸਾਡਾ ਦੋਨਾਂ ਦਾ ਚੱਕਰ ਚੱਲ ਰਿਹਾ ਦੋਨੇ ਕਰਦੇ ਸੀਗੇ ਟ੍ਰਾਂਸਿਟ ਲਈ ਕੰਮ ਬੜੇ ਸਾਲਾਂ ਦਾ ਚੱਕਰ ਜਿਹੜਾ ਨਾਲ ਚੱਲ ਰਿਹਾ ਸੀ ਦੋਨੇ ਹੀ ਵਿਆਹੇ ਸੀ ਦੋਨਾਂ ਦੇ ਬੱਚੇ ਸੀ ਅਤੇ ਜਗਤਾਰ ਦੀ ਹਰਨੀਆ ਸਰਜਰੀ ਹੋਈ ਬੜੇ ਇਹ ਪਲੈਨਡ ਮਰਡਰ ਸੀਗਾ ਕਿੱਦਾਂ ਉਹਦਾ ਹਸਬੈਂਡ ਭੁਪਿੰਦਰ ਆਪਣੀ 15 ਸਾਲ ਦੀ ਬੇਟੀ ਨੂੰ ਲੈ ਕੇ ਸਟੋਰ ਗਿਆ ਜਦ ਤੱਕ ਉਹਨਾਂ ਦੀ ਗਵਾਂਢਣ ਜਿਹਨੂੰ ਰੋਨਲ ਆਪਾਂ ਨਾਮ ਬੁਲਾਇਆ ਜਾਂਦਾ ਗੋਰੇ ਨਾਲ ਵਿਆਹੀ ਹੋਈ ਸੀਗੀ ਉਹਨੂੰ ਲੱਗਿਆ ਕਿ ਭਾਈ ਹੁਣ ਟਾਈਮ ਬੜਾ ਪਰਫੈਕਟ ਆ ਉਹ ਲੈ ਕੇ ਗਿਆ ਹੋਇਆ ਬੜੀ ਪਲੈਨਿੰਗ ਨਾਲ ਅਗੈਨ ਘਰ ਜਾ ਕੇ ਜਿਹੜੇ ਬੰਦਾ ਉੱਠ ਨਹੀਂ ਸਕਦਾ ਬੈੱਡ ਤੋਂ ਚੰਗੀ ਤਰ੍ਹਾਂ ਉਹਨੂੰ ਹੈਲਪ ਚਾਹੀਦੀ ਹੈ ਹਰਨੀਆ ਸਰਜਰੀ ਹੋਈ ਸੀ ਗੁਰਪ੍ਰੀਤ ਰੋਨਲ ਨੇ ਦਰਵਾਜ਼ਾ ਖੋਲ੍ਹ ਕੇ ਕੋਈ ਫੋਰਸ ਐਂਟਰੀ ਨਹੀਂ ਸੀ ਘਰ ਦੇ ਵਿੱਚ ਡੰਬੈਲ ਦਾ ਜਿਹੜੇ ਹੁੰਦਾ ਨਾ ਵੇਟ ਪਾਰਟ ਉਹ ਚੱਕ ਕੇ ਉਹਦੇ ਸਿਰ ਵਿੱਚ ਮਾਰਿਆ ਅਤੇ ਉਹ ਕਹਿੰਦੇ ਜਗਤਾਰ ਵਿਚਾਰੀ ਜੋ 17ਵੀਂ ਐਨੀਵਰਸਰੀ 3 ਬੱਚਿਆਂ ਦੀ ਮਾਂ ਨੇ ਬੜੀ ਲੜਾਈ ਕੀਤੀ ਕਿ ਮੇਰੀ ਜਾਨ ਕਿਸੇ ਤਰੀਕੇ ਨਾਲ ਬਚ ਜਾਏ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਨਾ ਉਹਨੂੰ ਤਾਂ ਕੋਈ ਸ਼ੱਕ ਵੀ ਨਹੀਂ ਸੀਗਾ ਆਪਣੇ ਹਸਬੈਂਡ 'ਤੇ ਕਿ ਇਹ ਚੱਕਰ ਚੱਲ ਰਿਹਾ ਹੋਊਗਾ ਸੋ ਜਦੋਂ ਉਹ ਸਟੋਰ ਵਿੱਚ ਸੀ ਉਹਨੇ ਲੜ ਲੁੜ ਕੇ ਇੰਨੇ ਕਹਿੰਦੇ ਵਾਰੀ ਉਹਨੂੰ ਸਟੈਬ ਕੀਤਾ ਛੁਰੇ ਮਾਰੇ ਸਟਮਕ ਦੇ ਵਿੱਚ ਸਿਰ ਦੇ ਵਿੱਚ ਮੈਰਲ ਵੇਟ ਲਿਫਟਿੰਗ ਬਾਰ ਮਾਰਿਆ ਉਹਦਾ ਗਲਾ ਅਤੇ ਉਹਦੀ ਜਿਹੜਾ ਹੁੰਦਾ ਆ ਰਿਸਟ ਗੁੱਟ ਦੋਨੇ ਕੱਟੇ ਹੋਏ ਸੀਗੇ ਅਤੇ ਕਹਿੰਦੇ ਇਹੋ ਜਿਹਾ ਕੇਸ ਸਾਰੀ ਕਾਉਂਟੀ ਨੂੰ ਜਾਂ ਪੂਰੇ ਆਂਟੇਰੀਓ ਨੂੰ ਹਿਲਾ ਦਿੱਤਾ ਕੌਣ ਮੰਨੂਗਾ ਕਿ ਗੁਆਂਢਣ ਵਿਆਹੀ ਵਾਰੀ ਆਪਣੇ ਘਰ ਦੋ ਬੱਚਿਆਂ ਦੀ ਮਾਂ ਅਤੇ ਜਿਹੜੀ ਜਨਾਨੀ ਕਦੀ ਕਿਸੇ ਦੇ ਗਲਤ ਵੀ ਨਹੀਂ ਬੋਲੀ ਆਪਣੇ ਘਰ ਖੁਸ਼ੀ ਦੇ ਨਾਲ ਆਪਣੀ 17ਵੀਂ ਐਨੀਵਰਸਰੀ ਦੀ ਉਡੀਕਦੀ ਆ ਕਿ ਅੱਜ ਸਾਨੂੰ ਇੰਨੇ ਸਾਲ ਹੋ ਗਿਆ ਵਿਆਹ ਕਰਵਾਏ ਨੂੰ ਅਤੇ ਉਹਦਾ ਘਰ ਵਾਲਾ ਭੁਪਿੰਦਰ ਪਾਲ ਗਿੱਲ ਸਾਰੀ ਸਕੀਮ ਬਣਾ ਕੇ ਬੈਠੇ ਆਪਣੀ ਗਰਲਫ੍ਰੈਂਡ ਦੇ ਨਾਲ ਕਿ ਇਹ ਕੰਮ ਆਪਾਂ ਕਰਨਾ ਆ January 29, 2014 ਨੂੰ ਉਹਦਾ ਘਰ ਵਾਲਾ ਆਪਣੀ ਬੇਟੀ ਨੂੰ 15 ਸਾਲ ਦੀ ਲੈ ਕੇ ਸਟੋਰ ਲੈ ਗਿਆ ਕਹਿੰਦਾ ਆਪਾਂ ਕੇਕ ਅਤੇ ਫੁੱਲ ਲੈ ਕੇ ਆਉਂਦੇ ਹਾਂ ਜਦ ਤੱਕ ਉਹ ਘਰ ਪਹੁੰਚੇ ਉਹ ਖੂਨ ਦੇ ਵਿੱਚ ਲਗਭਗ ਉਹਨਾਂ ਦੀ ਬੋਡੀ ਅਨਰਿਸਪੋਂਸਿਵ ਮਤਲਬ ਕੋਈ ਸਾਹ ਨਹੀਂ ਹਿਲਦੇ ਨਹੀਂ ਸੀਗੇ ਜ਼ਮੀਨ 'ਤੇ ਪਈ ਬੇਟੀ ਭੱਜ ਕੇ ਗਈ ਆਪਣੀ ਮਾਂ ਨੂੰ ਦੇਖਣ ਜਦੋਂ ਉਹਨੇ ਦੇਖਿਆ ਕਿ ਮੇਰੀ ਮਾਂ ਹਿਲਦੀ ਨਹੀਂ ਸਾਹ ਨਹੀਂ ਲੈਂਦੀ ਉਹਨੇ ਇਹ ਵੀ ਦੇਖਿਆ ਕਿ ਟੇਬਲ ਟੁੱਟਿਆ ਹੋਇਆ ਕਿ ਕਾਫ਼ੀ ਮੇਰੀ ਮਾਂ ਨੇ ਸਟਰਗਲ ਕੀਤਾ ਲੜਾਈ ਕੀਤੀ ਕਿ ਇਹ ਕਿੱਦਾਂ ਹੋ ਗਿਆ ਆਪਣੇ ਫਾਦਰ ਨੂੰ ਉਹਨੇ ਪੁੱਛਿਆ ਕਿ ਕਿੱਦਾਂ ਹੋ ਗਿਆ ਜਦੋਂ ਪੁਲਿਸ ਨੂੰ ਫੋਨ ਕਰਨ ਗਈ ਬੇਟੀ ਕੋਈ ਘਰ ਦੇ ਫੋਨ ਨਾ ਚੱਲਣ ਉਸੇ ਹੀ ਥੋੜ੍ਹੇ ਚਿਰ ਬਾਅਦ ਟਾਈਮ 'ਤੇ ਉਹਨਾਂ ਦੀ ਬੇਟੀ ਦੇ ਇੱਕ ਫਰੈਂਡ ਘਰ ਜਿਹਨਾਂ ਉਹਨੇ ਪੜ੍ਹਨਾ ਸੀਗਾ ਅਤੇ ਉਹਦਾ ਫੋਨ ਯੂਜ਼ ਕਰਕੇ ਉਹਨੇ 911 ਦਬਾਇਆ ਜਦੋਂ ਪੁਲਿਸ ਵਾਲੇ ਆਏ ਉਹਨਾਂ ਨੇ ਸਾਰਾ ਐਵੀਡੈਂਸ ਚੈੱਕ ਕੀਤਾ ਅਤੇ ਜਦੋਂ ਦੇਖਿਆ ਜਿਹੜੇ ਘਰ ਦੇ ਨਾਈਫ ਸੀ ਨਾ ਜਿਹੜੇ ਵਰਤੇ ਗਏ ਸੀਗੇ ਉਹਨਾਂ ਦੇ ਫਿੰਗਰਪ੍ਰਿੰਟ ਸੀਗੇ ਉਹਦੇ ਘਰ ਵਾਲੇ ਦੇ ਅਤੇ ਕਹਿੰਦਾ ਮੈਂ ਮੰਨਦਾ ਹਾਂ ਕਿ ਮੈਂ ਆਪਣੀ ਵਾਈਫ ਤੋਂ ਜਿਹੜੇ ਨਾਈਫ ਸੀ ਚੱਕ ਕੇ ਉੱਧਰ ਰੱਖੇ ਆ ਪਰ ਉੱਥੇ ਇੱਕ ਗਲਵ ਵੀ ਪਿਆ ਸੀਗਾ ਤੁਹਾਨੂੰ ਮੈਂ ਫੋਟੋ ਇਹਦੇ ਪੋਡਕਾਸਟ 'ਚ ਲਾਊਂਗੀ ਯੂਟਿਊਬ 'ਤੇ ਵੀ ਚੜਾਵਾਂਗੇ
ਅਤੇ ਗਲਵ ਦੀ ਫੋਟੋ ਹੈਗੀ ਆ, ਉਹ ਗਲਵ ਅਤੇ ਨਾਲੇ ਉਹਦੀ ਗਰਲਫ੍ਰੈਂਡ ਗੁਰਪ੍ਰੀਤ ਰਾਨੋਰ ਦਾ ਬਲੱਡ ਲੱਗਿਆ ਸੀ ਅਤੇ ਨਾਲੇ ਉਹਦੇ ਬੋਏਫ੍ਰੈਂਡ ਦਾ ਬਲੱਡ ਲੱਗਿਆ ਸੀਗਾ ਜੋ ਉਸੋ ਜਗਤਾਰ ਦਾ ਘਰ ਵਾਲਾ ਸੀਗਾ। ਪੁਲਿਸ ਵਾਲਿਆਂ ਨੂੰ ਸ਼ੱਕ ਪਈ ਕਿ ਹਸਬੈਂਡ ਬਾਰ ਬਾਰ ਗਰਾਜ ਜਾਂਦਾ ਆ ਅਤੇ ਬੇਸਮੈਂਟ 'ਚ ਬਾਰ ਬਾਰ ਜਾਂਦਾ ਆ। ਉੱਥੇ ਕੈਮਰਾ ਲੱਗਿਆ ਸੀਗਾ, ਉੱਥੇ ਰਿਕਾਰਡ ਕਰਦਾ ਜੋ ਡੰਬੈਲ ਦੀ ਸੀਗੀ ਨਾ, ਉਹ ਲੁਕੋ ਕੇ ਆਉਂਦਾ ਲੋਹਾ ਜਿਹਾ। ਪੁਲਿਸ ਵਾਲੇ ਨਿਗਾਹ ਰੱਖੀ ਗਏ ਅਤੇ ਪੁਲਿਸ ਵਾਲਿਆਂ ਨੇ ਕੀ ਕੀਤਾ, ਫਿਰ ਵਾਰੰਟ ਲੈ ਲਿਆ ਸੀ ਆਲਰੇਡੀ ਉਹਨਾਂ ਨੇ, ਬਾਅਦ ਵਿੱਚ ਜਾ ਕੇ ਉਹਨਾਂ ਨੇ ਸਵਿਚ ਆਊਟ ਕਰਤਾ ਅਤੇ ਨਾਲੇ ਉੱਥੇ ਕੈਮਰਾ ਲਾਏ ਸੀਗੇ। ਥੋੜ੍ਹੇ ਚਿਰ ਬਾਅਦ ਉਹਦਾ ਹਸਬੈਂਡ ਕੀ ਕਰਦਾ, ਉਹ ਸਾਰਾ ਸਮਾਨ ਚੱਕ ਕੇ, ਸਨੋਅ ਪਈ ਸੀ, ਠੰਡ ਦਾ ਵੇਲਾ ਸੀਗਾ, ਉਹ ਜਾ ਕੇ ਉੱਥੇ ਦਰੱਖਤਾਂ ਸਿੱਟਿਆ ਹੁੰਦਾ। ਪੁਲਿਸ ਵਾਲੇ ਸਾਰੀ ਨਿਗਰਾਨੀ ਰੱਖਦੇ, ਉਹਨੂੰ ਫੋਲੋ ਕਰਦੇ ਆ। ਬਾਅਦ ਵਿੱਚ ਉਹ ਫੜਿਆ ਜਾਂਦਾ ਆ। ਜਦੋਂ ਪੁਲਿਸ ਨੇ ਰੈਕਡ ਕਢਾਏ, ਫੋਨ ਰੈਕਡਸ ਕਢਾਏ, ਦੇਖਿਆ ਕਿ 280 ਕੌਲਾਂ ਇਹਨਾਂ ਦੋਨਾਂ ਦੇ ਆਪਸ ਵਿੱਚ ਦਿਨ ਰਾਤ ਹੁੰਦੀਆਂ ਸੀਗੀਆਂ। ਮੇ ਦੀ 20, 2016 ਵਿੱਚ ਉਹਨਾਂ ਨੇ ਦੇਖਿਆ ਕਿ ਇੱਕ ਖੂਨ ਵਾਲਾ ਬਲਰੀ ਬਾਰ ਜਿਹੜਾ ਮੈਂ ਦੱਸ ਰਹੀ ਹਾਂ ਨਾ, ਉਹਨੇ ਆਪਣੀ ਜੈਕਟ ਲੁਕੋਇਆ, ਫਿਰ ਵੁੱਡ ਏਰੀਆ ਸੈੱਟ ਕੇ ਆਇਆ। ਮੇ 24 ਜਗਤਾਰ ਦਾ ਫਾਦਰ, ਜੋ ਲੇਡੀ ਡੈਥ ਹੋਈ ਆ, ਕਾਫੀ ਰੋਇਆ ਕੋਰਟ ਰੂਮ ਦੇ ਵਿੱਚ ਜਦੋਂ ਉਹਨਾਂ ਨੇ ਵੱਡੀ ਸਕਰੀਨ 'ਤੇ ਦਿਖਾਇਆ ਕਿ ਉਹਨਾਂ ਦੀ ਬੇਟੀ ਨਾਲ ਕਿਵੇਂ ਉਹਦੀ ਜਾਨ ਲਈ ਗਈ ਸੀ। ਮੇਰੀ ਗੱਲ ਇਹ ਕਰਦੀ ਹਾਂ, ਤੁਹਾਡੇ 3 ਖੁਦ ਦੇ ਬੱਚੇ, ਤੁਸੀਂ ਕਿੰਨੇ ਬੇਰਹਿਮ ਹੋ ਸਕਦੇ ਹੋ ਕਿ ਤੁਹਾਨੂੰ ਲੱਗਦਾ ਕਿ ਆਪਾਂ ਜਿਹਦੇ ਨਾਲ ਲਾਵਾਂ ਨਹੀਂ ਆ, ਫੇਰੇ ਲਏ ਆ ਮਹਾਰਾਜ ਦੀ ਹਾਜ਼ਰੀ ਹਜ਼ੂਰੀ ਦੇ ਵਿੱਚ। ਇਹੋ ਜਿਹਾ ਕਿਹੜਾ ਦਿਨ ਆਉਂਦਾ ਕਿ ਬੰਦੇ ਨੂੰ ਜਾਂ ਬੁੜੀ ਨੂੰ ਲੱਗਦਾ ਕਿ ਭਾਈ ਮੈਂ ਇਹਦੀ ਜਾਨ ਲੈ ਲੈਣੀ ਅੱਜ? ਬੰਦੇ ਦੇ ਵਿੱਚ ਕਿਹੜਾ ਜਿਹਾ ਇਹੋ ਜਿਹਾ ਸ਼ੈਤਾਨ ਬਹਿ ਜਾਂਦਾ ਦਿਮਾਗ ਦੇ ਵਿੱਚ ਅਤੇ ਦਿਲ ਦੇ ਵਿੱਚ, ਜਿਹੜਾ ਇੰਨਾ ਖੂਨ ਵੀ ਨਿਕਲਦਾ, ਇੰਨਾ ਕੁਛ ਹੁੰਦਾ ਅਤੇ ਤੁਹਾਨੂੰ ਜ਼ਰਾ ਵੀ ਸੋਚਦੇ ਨਹੀਂ ਤੁਸੀਂ ਇਹ ਕੰਮ ਕਰਨ ਤੋਂ ਪਹਿਲਾਂ, ਰਾਈਟ? ਮੇ 26 ਨੂੰ ਰੋਨਲਡ ਅਤੇ ਗਿੱਲ ਨੇ ਇੱਕ ਸਿਵਲ ਅਟਾਰਨੀ ਹਾਇਰ ਕੀਤਾ ਉਸ ਟਾਈਮ। ਬਾਅਦ ਵਿੱਚ ਰੋਨਲਡ ਕਹਿੰਦੇ ਕਿ ਰੋਨਲਡ ਜਿਹੜੀ ਗਰਲਫ੍ਰੈਂਡ ਸੀਗੀ, ਕਿ ਉਹਦੀ ਜੋ ਵਾਈਫ ਸੀਗੀ ਜਗਤਾਰ, ਕਹਿੰਦੀ ਉਹ ਡੈਵਲ ਸੀ, ਇੱਕ ਨਾਥਸੀ ਸੀ। ਸੋ ਦੋਨਾਂ ਨੇ ਆਪਣਾ ਘਰ ਵੇਚ ਕੇ ਪਹਿਲਾਂ ਇੱਕ ਅਟਰਨੀ ਕੀਤੀ, ਬਾਅਦ ਵਿੱਚ ਇਹਨਾਂ ਨੇ ਸੈਪਰੇਟ ਅਟਰਨੀਸ ਕਰ ਲਈਆਂ। ਮੇ 27 ਨੂੰ ਗਿੱਲ ਦਾ ਡਿਫੈਂਸ ਲੋਇਰ ਸਾਰਾ ਐਵੀਡੈਂਸ ਕਲੈਕਟ ਕਰਕੇ ਉਹਨੇ ਇਹ ਵੀ ਦੱਸਿਆ ਕਿ ਇਸ ਟਾਈਮ 'ਤੇ ਉਹ ਕਹਿੰਦੀ ਸੀਗੀ ਕਿ ਗੁਰਪ੍ਰੀਤ ਰੋਨਲਡ, ਅਸੀਂ ਕੁਛ ਵੀ ਕਰ ਸਕਦੇ ਹਾਂ ਇੱਕ ਦੂਜੇ ਦੇ ਨਾਲ ਰਹਿਣ ਨੂੰ, ਖੂਨ ਖਾਣ ਦੀ ਲੋੜ ਤਾਂ ਨਹੀਂ ਪਈ ਸੀ ਨਾ, ਅਲੱਗ ਹੋ ਜਾਂਦੇ, 17ਵੀਂ ਐਨਵਰਸਰੀ ਪਹਿਲਾਂ ਡਿਵੋਰਸ ਦੇ ਦਿੰਦਾ। ਉਹ ਬੇਟੀ ਕਹਿੰਦੀ ਉਹਨਾਂ ਦੀ ਕਿ ਮੇਰੀ ਮਾਂ ਨੇ ਕਿਹਾ ਵੀ ਸੀਗਾ ਕਿ ਜੇ ਅੱਜ ਮੈਂ ਹੈਗੀ ਹਾਂ, ਜੇ ਕੱਲ੍ਹ ਨੂੰ ਮੈਨੂੰ ਕੁਛ ਹੋ ਜਾਵੇ, ਤੁਹਾਡਾ ਫੂਡ ਕੌਣ ਬਣਾਉ, ਤੁਹਾਡਾ ਲੰਚ ਕੌਣ ਬਣਾਊਗਾ? ਬੇਟੀ ਕਹਿੰਦੀ ਮੈਂ ਆਪਣੇ ਫਾਦਰ ਵੱਲ ਦੇਖਿਆ, ਫਾਦਰ ਨੇ ਦੇਖ ਕੇ ਸ਼ੋਲਡਰ ਚਾ ਕੇ ਕਹਿੰਦਾ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ। ਕਹਿੰਦੇ ਮਨ ਵਾਲਾ ਬੰਦੇ 'ਚੋਂ ਮੂੰਹ 'ਚੋਂ ਗੱਲਾਂ ਕੱਢਦਾ ਹੁੰਦਾ ਜੋ ਸੱਚੀਆਂ ਹੁੰਦੀਆਂ, ਉਹਨੂੰ ਪਤਾ ਹੁੰਦਾ ਕੋਈ ਨਾ ਕੋਈ ਗੱਲ ਹੁੰਦੀ ਹੈ ਜਦੋਂ ਮੂੰਹ 'ਚੋਂ ਨਿਕਲਦੀਆਂ ਗੱਲਾਂ। ਕਹਿੰਦੇ ਹਰ ਪਾਸੇ ਖੂਨ ਸੀਗਾ, ਜਿਹੜਾ ਇਹ ਸੀਨ ਆ ਨਾ, ਮੇਰੇ ਕੋਲ ਫੋਟੋਜ਼ ਹੈਗੀਆਂ ਆ, ਬੜਾ ਬਰੂਟਲ ਸੀਨ ਸੀਗਾ। ਅਤੇ ਬੇਟੀ ਡਰੀ ਹੋਈ ਸੀਗੀ, ਉਹ ਚੀਕਾ ਚੁੱਕਾ ਉਹਨੇ ਬਹੁਤ ਮਾਰੀ, ਪਰ ਪਿਓ ਨੂੰ ਜਿਵੇਂ ਕੋਈ ਫਰਕ ਨਹੀਂ ਹੁੰਦਾ, ਇਸ ਤਰ੍ਹਾਂ ਐਕਟਿੰਗ ਕਰ ਰਿਹਾ ਸੀ। ਜਦੋਂ ਵੀ ਕੋਈ ਨਾ ਮਰਡਰ ਕੇਸ ਹੁੰਦਾ ਆ, ਸਭ ਤੋਂ ਪਹਿਲਾਂ ਅਗੈਨ ਸਸਪੈਕਟ, ਆਪਾਂ ਪਹਿਲਾਂ ਪੋਡਕਾਸਟ ਵੀ ਬੋਲੇ ਹਾਂ, ਇਹ ਹਸਬੈਂਡ ਜਾਂ ਵਾਈਫ ਸਪੈਸ ਹੁੰਦਾ ਆ, ਉਹ ਦੇਖਦੇ ਕਿ ਇਹਦੀ ਮੌਤ ਨਾਲ ਸਭ ਤੋਂ ਜ਼ਿਆਦਾ ਫਾਇਦਾ ਹੈ
ਤੇ ਕਿਹਨੂੰ ਹੈਗਾ ਆ। ਜਦੋਂ ਰੋਨਲਡ ਨੂੰ ਕੁਐਸਚਨਿੰਗ ਲੈ ਕੇ ਆਏ ਗੁਰਪ੍ਰੀਤ ਨੂੰ, ਜਿਹੜੀ ਗਰਲਫ੍ਰੈਂਡ ਸੀਗੀ, ਉਹ ਕਹਿੰਦੀ ਮੈਂ ਤਾਂ ਉਸ ਟਾਈਮ ਸੀਗੀ ਨਹੀਂ ਇੱਥੇ, ਮੈਂ ਤਾਂ ਕਿਸੇ ਡਾਕਟਰ ਦੇ ਨਾਲ ਲੰਚ 'ਤੇ ਗਈ ਹੋਈ ਸੀਗੀ। ਠੀਕ ਹੈ ਜੀ, ਸੋ ਨਾਈਫ ਵੀ ਲੱਭ ਗਏ, ਗਲਵਜ਼ ਵੀ ਲੱਭ ਗਏ ਜਿੱਥੇ ਸਟਕਿਆ, ਸਾਰਾ ਕੁਛ ਰਾਈਟ, ਸਾਰਾ ਕੁਛ ਲੱਭ ਗਿਆ। ਪਹਿਲੀ ਜਿਹੜੀ ਇਹਨਾਂ ਦੀ ਟਰਾਇਲ ਹੋਈ ਸੀਗੀ, ਉਹ ਵਿੱਚ ਉਹਨਾਂ ਨੇ ਚੇਂਜਸ ਆ ਗਈਆਂ ਸੀਗੀਆਂ, ਕਹਿੰਦੇ ਕਿ ਭਾਈ ਟਰਾਇਲ ਵਾਜ਼ ਨਾਟ ਡਨ ਰਾਈਟ। 2021 ਵਿੱਚ ਫਿਰ ਇਹਨਾਂ ਦੀ ਕੋਰਟ ਡੇਟ ਹੋਈ ਜਿੱਥੇ ਜੱਜ ਨੇ ਇਹਨਾਂ ਨੂੰ ਫਿਰ ਸੈਂਟੈਂਸਿੰਗ ਦਿੱਤੀ। ਜਿਹੜੀ ਇੰਟਰਵਿਊ ਚੱਲਦੀ ਹੈ ਨਾ, ਉਹਦੀ ਬੰਦੇ ਦੀ ਗਰਲਫ੍ਰੈਂਡ, ਜੋ ਗੁਆਂਢਣ ਸੀ ਇਹਨਾਂ ਦੀ ਗਰਲਫ੍ਰੈਂਡ ਦੀ, ਉਹ ਤਾਂ ਇਸ ਤਰ੍ਹਾਂ ਗੱਲਾਂ ਕਰਦੀ ਹੈ ਨਾ ਜਿਵੇਂ ਉਹਨੂੰ ਕਿਸੇ ਗੱਲ ਦਾ ਫਿਕਰ ਨਹੀਂ ਕਿ ਮੈਂ ਤਾਂ ਕੰਪਲੀਟਲੀ ਇਨਸੈਂਟ ਆ, ਕੋਈ ਡਰ ਨਹੀਂ। ਇੰਨੇ ਕੌਨਫੀਡੈਂਸ ਦੇ ਨਾਲ ਉਹ ਲੇਡੀ ਇੰਟਰਵਿਊ ਦਿੰਦੀ ਹੈ ਨਾ, ਇਟਸ ਸ਼ੌਕਿੰਗ। ਸੋ ਕਹਿੰਦੇ ਆ ਕਿ ਰੋਨਲਡ ਗਿੱਲ ਨੇ ਆਪਣੇ ਬੋਏਫ੍ਰੈਂਡ ਨੂੰ ਪੁੱਛਿਆ ਥੋੜ੍ਹੇ ਦਿਨ ਮੌਤ ਤੋਂ ਬਾਅਦ, ਕਹਿੰਦੇ ਤੂੰ ਇਹ ਕੰਮ ਕੀਤਾ ਆ, ਕਹਿੰਦੇ ਮੈਂ ਤਾਂ ਕੀਤਾ ਨਹੀਂ। ਸੋ ਆਪਸ ਹੀ ਕਹਿੰਦੇ ਹੁੰਦੇ ਨਾ, ਇਹ ਆਪਸ ਹੀ ਫਸ ਜਾਂਦੇ ਹੁੰਦੇ ਆ ਅਤੇ ਇੱਕ ਦੂਜੇ ਦੇ ਉੱਤੇ ਹੀ ਇਲਜ਼ਾਮ ਬਾਅਦ ਚੋਂ ਲੱਗ ਜਾਂਦੇ ਹੁੰਦੇ ਆ। ਕੀ ਕਸੂਰ ਸੀ ਜਗਤਾਰ ਦਾ? ਕੀ ਉਹਨੇ ਪਿਆਰ ਕੀਤਾ, ਆਪਣੇ ਬੱਚਿਆਂ ਨੂੰ ਕੀਤਾ, ਆਪਣੇ ਘਰ ਦੀ ਜਾਨ ਦਿੰਦੀ ਸੀ ਅਤੇ ਜਾਨ ਉਹਦੀ ਲੈ ਲਈ? ਵੈਨ ਡਸ ਇਸ ਸਟਾਪ? ਕਿੱਥੇ ਜਾ ਕੇ ਇਹ ਲਾਈਨ ਡਰਾ ਹੁੰਦੀ ਹੈ, ਕਿੱਥੇ ਜਾ ਕੇ ਰੁਕਣਾ ਪੈਣਾ ਕਿ ਬੰਦੇ ਨੂੰ ਸੋਚੋ ਕੁਛ ਕਰਨ ਤੋਂ ਪਹਿਲਾਂ, ਤੁਹਾਡਾ ਪਲੈਨ ਬਣਾਉਂਦੇ ਤਾਂ ਦਿਲ ਨਹੀਂ ਕੰਬਿਆ? ਜਿੱਦਣ ਗਰਲਫ੍ਰੈਂਡ ਨੂੰ ਚਾਬੀ ਦਿੱਤੀ ਆਪਣੇ ਘਰ ਦੀ, ਤੇਰਾ ਉਦੋਂ ਤੇਰਾ ਡਰ ਨਾ ਲੱਗਿਆ, ਤੇਰੇ ਅੰਦਰ ਕੋਈ ਕੁਛ ਨਹੀਂ ਬੋਲਿਆ ਕਿ ਅੱਜ ਤੂੰ ਜੋ ਕਰਨ ਜਾ ਰਿਹਾ ਗਲਤ ਆ? ਜਦੋਂ ਉਹਨੂੰ ਮਾਰਿਆ ਜਾ ਰਿਹਾ ਸੀ ਤਾਂ ਸਟੋਰ ਦੇ ਵਿੱਚ ਘੁੰਮਦਾ ਸੀ, ਤੈਨੂੰ ਜ਼ਰਾ ਵੀ ਨਾ ਆਇਆ ਕਿ ਭਾਈ ਮੇਰੇ ਬੱਚਿਆਂ ਦੀ ਮਾਂ ਆ? ਕੁਛ ਨਹੀਂ ਹੋਇਆ। ਅਗਲਿਆਂ ਦੀ, ਕਿਸੇ ਦੀ ਮਾਂ ਚਲੇ ਗਈ, ਕਿਸੇ ਦੀ ਕੁੜੀ ਚਲੇ ਗਈ, ਰਾਈਟ? ਬਹੁਤ ਗਲਤ ਹੋਇਆ ਇਹ ਜਿਹੜਾ ਕੇਸ ਆ ਨਾ, ਬੜੇ ਕੇਸ ਹੁੰਦੇ ਆ, ਪਰ ਜਿੰਨੇ ਸਟੈਬ ਵੂਂਡਸ ਇਹਨਾਂ ਦੇ ਹੋਏ ਸੀ ਸਟਮਕ ਦੇ ਵਿੱਚ, ਅਤੇ ਉਹਨੇ ਕਿੰਨੀ ਫਾਈਟਿੰਗ ਕੀਤੀ ਜਗਤਾਰ ਜੀ ਨੇ ਕਿ ਆਪਣੀ ਜਾਨ ਕਿਸੇ ਤਰੀਕੇ ਨਾਲ ਬਚਾਉਂਦਾ। ਮਾਂ ਹੁੰਦੀ ਆ, ਮਾਂ ਆਪਣੇ ਬੱਚਿਆਂ ਲਈ ਕੁਛ ਵੀ ਕਰ ਸਕਦੀ ਆ। ਜਗਤਾਰ ਜੀ ਦੇ ਹੱਥਾਂ 'ਤੇ ਨਾਈਫ 'ਤੇ ਕੱਟ ਪਏ ਸੀ, ਉਹਦਾ ਕੰਨ ਵੀ ਇੱਕ ਪਾਸੇ ਵੱਢਿਆ ਗਿਆ ਲੜਾਈ ਕਰਦੀ ਦਾ, ਟੇਬਲ ਟੁੱਟ ਗਿਆ, ਜਿਹੜੇ ਘਰ ਦੇ ਜੈਕ ਸੀਗੇ ਵਾਲਸ 'ਚ ਉਹ ਪੱਟੇ ਗਏ ਸੀਗੇ। ਅਗਲੀ ਜੇ ਬਚ ਵੀ ਜਾਂਦੀ ਜਾਂ ਫੋਨ ਤੱਕ ਵੀ ਪਹੁੰਚਦੀ, ਉਹ ਤੋਂ ਫੋਨ ਪੁਲਿਸ ਨੂੰ ਕਰ ਨਹੀਂ ਹੋਣਾ ਸੀਗਾ। ਇੰਨੇ ਵੂਨ ਸੀਗੇ ਉਹਦੇ ਨਾਲ ਕਿ ਉਹਦਾ ਖੂਨ ਨਿਕਲ ਨਿਕਲ ਕੇ ਅਗਲੀ ਮਰ ਗਈ। ਅਤੇ ਫਿਰ ਇਹ ਬੰਦਾ ਆ ਕੇ ਨਾਈਫ ਚੱਕਦਾ ਆ, ਐਵੀਡੈਂਸ ਲੁਕਾਉਂਦਾ ਆ, ਕਿੰਨਾ ਕੁਛ ਇਹਨਾਂ ਨੇ ਕੀਤਾ। ਕਹਿੰਦੇ ਜਿਹੜੇ ਖੂਨ ਦੇ ਛਿੱਟੇ ਸੀ ਨਾ, ਬੜੇ ਦੂਰ ਦੂਰ ਤੱਕ ਗਏ ਸੀਗੇ, ਕਾਰਪੇਟ 'ਤੇ ਸੀ, ਬੇਸ ਬੋਰਡਾਂ 'ਤੇ ਸੀ, ਕਿਚਨ ਦੇ ਫੌਸਿਟ 'ਤੇ ਸੀਗੇ, ਅਪਸਟੇਅਰਸ ਹਾਲਵੇ ਤੱਕ ਸੀਗੇ, ਬੇਸ ਬੋਰਡਾਂ ਦੇ ਵਿੱਚ, ਮਾਸਟਰ ਰੂਮ ਦੇ ਕਲੋਜ਼ਟ, ਬੜਾ ਖੂਨ ਬੜੀ ਦੂਰ ਤੱਕ ਗਿਆ ਸੀ, ਮਤਲਬ ਖੂਨੀ ਤੁਰਿਆ ਫਿਰਦਾ ਰਿਹਾ ਘਰ ਦੇ ਵਿੱਚ। ਜਗਤਾਰ ਦਾ ਕਹਿੰਦੇ ਖੂਨ ਵੀ ਸੀਗਾ, ਇੱਕ ਗਲਵ ਸੀ ਨਾ ਪਾਟਿਆ ਹੋਈ ਜਗ੍ਹਾ ਸੀਗੀ ਜਗਤਾਰ ਦੇ ਬੋਡੀ ਨੇੜੇ, ਉੱਥੇ ਵੀ ਉਹਦਾ ਖੂਨ ਸੀਗਾ, ਅਤੇ ਰੋਨਲਡ ਦਾ ਬਲੱਡ ਵੀ ਸੀਗਾ ਜਿਹੜੀ ਗੁਆਂਢਣ ਸੀ ਇਹਨਾਂ ਦੀ। ਜਿਹੜਾ ਉਹਦਾ ਘਰ ਵਾਲਾ ਗੋਰਾ ਆ, ਉਹਨੇ ਇਹ ਗੱਲ ਕਹੀ ਆ, ਕਹਿੰਦਾ ਕਿ ਇਹ ਜਨਾਨੀ ਜਿਹੜੀ ਹੈਗੀ ਆ, ਇਹ ਕਾਫੀ ਪਾਗਲ ਆ, ਇਹ ਮੇਰੇ 'ਤੇ ਵੀ ਇੱਕ ਦੋ ਵਾਰੀ ਨਾਈਫ ਲੈ ਕੇ ਭੱਜੀ ਸੀ ਕਿ ਮੈਂ ਤੈਨੂੰ ਮਾਰ ਦੇਣਾ। ਵਟ ਆਈ ਡੋਂਟ ਅੰਡਰਸਟੈਂਡ ਇਸ, ਕਿੰਨਾ ਔਖਾ ਜੀ ਕਹਿਣਾ ਕਿ ਭਾਈ ਆਪਣਾ ਜਨਮ 'ਚ ਨਿਭ ਗਿਆ, ਠੀਕ ਆ, ਆਪਣੇ ਅਲੱਗ ਅਲੱਗ ਰਸਤੇ ਜਾਓ,
ਕਿਉਂ ਇੱਕ ਦੂਜੇ ਦੇ ਪਿੱਛੇ ਤੁਸੀਂ ਭੱਜਦੇ ਹੋ? ਕਿਉਂ ਤੁਸੀਂ ਜਾਨ ਲੈਣ 'ਤੇ ਤੁਲੇ ਹੋਏ ਹੋ? ਆਈ ਜਸਟ ਡੋਂਟ ਅੰਡਰਸਟੈਂਡ ਇਟ। ਜਦੋਂ ਉਹਦੀ ਇੰਟਰੋਗੇਸ਼ਨ ਹੋ ਰਹੀ ਸੀ ਗੁਰਪ੍ਰੀਤ ਰੋਨਲਡ ਦੀ, ਉਹਨੂੰ ਪੁੱਛਿਆ ਗਿਆ ਕਿ ਤੇਰੇ ਹੱਥ 'ਤੇ ਬੈਂਡਡ ਲੱਗਿਆ ਕਿ ਇਹ ਕਦ ਲਈ ਆ? ਕਹਿੰਦੀ ਮੈਂ ਨਾਈਫ ਨਾਲ ਨਾ ਆਲੂ ਕੱਟਦੀ ਸੀ ਅਤੇ ਮੇਰੀ ਜਦੋਂ ਉਂਗਲੀ ਵੱਢੀ ਗਈ। ਠੀਕ ਆ ਕਹਿੰਦੇ, ਅਤੇ ਉਹ ਜਿੰਨਾ ਚਿਰ ਇਹਨੂੰ ਫੋਲੋ ਕਰਦੇ ਰਹੇ, ਇਹਨੂੰ ਪਤਾ ਸੀਗਾ ਕਿ ਮੈਨੂੰ ਪੁਲਿਸ ਫੋਲੋ ਕਰਦੀ ਹੈ, ਮੈਨੂੰ ਦੇਖ ਰਹੀ ਆ। ਸਾਰਾ ਕੁਛ ਉਹਨਾਂ ਨੇ ਪੂਰਾ ਕੱਢ ਕੇ ਇਹਨਾਂ ਨੂੰ ਸਜ਼ਾ ਹੋਈ ਹੈ ਅਤੇ 30 ਵਿਟਨੈਸਿਸ ਤੱਕ ਐਕਸਪੈਕਟ ਕੀਤੇ ਸੀ। ਟ੍ਰਾਇਲ ਜਿਹੜੇ ਸੀ ਇਹਨਾਂ ਦੇ 10 ਵੀਕਸ ਲਾਸਟ ਕੀਤੀ। ਹੁਣ ਸਾਰੀ ਉਮਰ ਇਹ ਜੇਲ੍ਹ 'ਚ ਸਣਗੇ। ਅਤੇ ਉੱਥੇ ਮੈਂ ਕਹਿੰਦੀ ਹਾਂ ਤੁਹਾਡੇ ਵਰਗੇ ਲੋਕ ਨਾ ਆਸ਼ਕੀ ਰਾਣ ਹੁੰਦੇ ਸੀ ਉੱਥੇ ਜਾ ਕੇ। 25 ਟਾਈਮਸ ਉਹਦੇ ਸਟੈਬਿੰਗ ਹੋਈ ਸੀ, ਮਤਲਬ ਉਹਦੇ ਚਾਕੂ ਛੁਰਾ ਵਜਿਆ ਸੀ। ਬਲੰਟ ਫੋਰਸ ਇੰਜਰੀ ਸੀਗੀਆਂ। ਅਤੇ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਰੋਨਲਡ ਕਹਿੰਦੀ ਅਸੀਂ ਇਹ ਕ੍ਰਾਈਮ ਕਰਕੇ ਭੱਜ ਜਾਵਾਂਗੇ, ਸਾਨੂੰ ਪਤਾ ਨਹੀਂ ਲੱਗਣਾ। ਜਿਵੇਂ ਮੈਂ ਕਹਿ ਰਹੀ ਹਾਂ, ਗਿਲਟੀ ਇਨ ਫਸਟ ਟ੍ਰਾਇਲ ਇਨ 2019, 2016 ਵਿੱਚ ਫਸਟ ਡਿਗਰੀ ਮਰਡਰ ਦਾ, ਕੰਸਪੀਰਸੀ ਆਫ ਪਲੈਂਡ ਮਰਡਰ, ਉਹਨਾਂ 'ਤੇ ਇਹਨਾਂ ਨੂੰ ਜੇਲ੍ਹ ਹੋਈ ਸੀਗੀ। ਅਗੇਨ ਜਰਜ ਨੇ ਫਾਊਂਡ ਹਰ ਗਿਲਟੀ, ਰੋਨਲਡ ਜਿਹੜੀ ਗਵਾਂਟਨ ਸੀ, ਆਫ ਸੈਕਿੰਡ ਡਿਗਰੀ ਮਰਡਰ। ਕਹਿੰਦੇ ਕਿ ਫਸਟ ਟ੍ਰਾਇਲ ਦੇ ਵਿੱਚ ਜੱਜ ਨੇ ਗਲਤੀ ਕੀਤੀ ਆ, ਫਿਰ ਇਹਨਾਂ ਦੀ ਟ੍ਰਾਇਲ ਫਿਰ ਚੱਲੀ ਬਾਅਦ ਵਿੱਚ। ਬਾਪ ਰੋਂਦਾ ਆ, ਮਾਂ ਰੋਂਦੀ ਆ, ਭੈਣਾਂ ਰੋਂਦੇ ਆ। ਕਹਿੰਦੇ ਹੁਣ ਆਟੋਮੈਟਿਕਲੀ ਰੋਨਲਡ ਨੂੰ 25 ਸਾਲ ਦੀ ਜੇਲ੍ਹ ਹੋ ਗਈ, ਵਿਥ ਨੋ ਚਾਂਸ ਆਫ ਪੈਰੋਲ। ਸੋ ਅਗੇਨ ਆਈ ਥਿੰਕ ਕਈ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਆ। ਤੁਸੀਂ ਜੇ ਕੋਈ ਕ੍ਰਾਈਮ ਕਰੋਗੇ ਨਾ, ਫੜੇ ਜ਼ਰੂਰ ਜਾਓਗੇ। ਸੋ ਇਹੋ ਜਿਹੀ ਗਲਤੀ ਕਰਨ ਤੋਂ ਪਹਿਲਾਂ ਗੈਟ ਸਮ ਕਾਉਂਸਲਿੰਗ, ਅਗਲੇ ਨੂੰ ਡਿਵੋਰਸ ਦੇ ਦਿਓ। ਨੋਬਡੀ ਹੈਜ਼ ਅ ਰਾਈਟ ਕਿ ਕਿਸੇ ਦੀ ਜਾਨ ਲਈ ਜਾਏ, ਠੀਕ ਹੈ ਜੀ। ਐਂਡ ਅਗੇਨ ਲੇਡੀਜ਼ ਨਾਲ ਇਕੱਲਾ ਨਹੀਂ ਹੁੰਦਾ, ਇਹ ਬੰਦਿਆਂ ਨਾਲ ਵੀ ਹੁੰਦਾ ਆ, ਰਾਈਟ। ਮੇਰੀ ਕਈ ਗੱਲਾਂ ਲੋਕਾਂ ਨਾਲ ਗੱਲਾਂ ਹੋਈਆਂ ਜੋ ਦੱਸਦੇ ਆ ਕਿ ਸਾਡਾ ਫਾਦਰ ਇਹਨਾਂ ਨਾਲ ਉਦੋਂ ਕੰਮ ਕਰਦਾ ਸੀਗਾ, ਕਿ ਜਦੋਂ ਇਹ ਸਟੋਰੀ ਬਾਹਰ ਨਿਕਲੀ ਸਾਰਿਆਂ ਨੂੰ ਹਿਲਾ ਕੇ ਰੱਖਦਾ। ਸੋ ਦੋਨੇ ਇਨਵੋਲਵ ਸੀਗੇ, ਅਤੇ ਜੋ ਹੋਇਆ ਮਾੜਾ ਹੋਇਆ। ਇਹ ਕਿਹਾ ਗਿਆ ਸੀ ਕਿ ਜਿਹੜਾ ਹਸਬੈਂਡ ਆ ਉਹਨੂੰ ਕੁਇਟ ਕੀਤਾ ਜਾਊਗਾ ਟ੍ਰਾਇਲ 'ਤੇ, ਦਿਸ ਐਂਡ ਦੀ ਅਦਰ। ਆਈ ਡੋਂਟ ਬਿਲੀਵ ਇਟ। ਆਈ ਨੋ ਕੈਨੇਡਾ ਸਿਸਟਮ ਇਜ਼ ਨਾਟ ਲਾਈਕ US, ਹੁਣ ਸੈਂਟੈਂਸਿੰਗ ਐਡੀ ਲੰਬੀ ਨਹੀਂ ਹੁੰਦੀ ਹੈਗੀ, ਜਾਂ ਉਹਨਾਂ ਦੇ ਇੰਨੇ ਸਟ੍ਰਿਕਟਲੀ ਨਹੀਂ ਲੈਂਦੇ ਹੈਗੇ। ਬਟ ਅਗੇਨ ਇਟ ਹੈਪਨਸ, ਇਟ ਹੈਪਨਡ। ਅਤੇ ਕਦੀ ਵੀ ਜ਼ਿੰਦਗੀ ਦੇ ਵਿੱਚ ਬੀ ਕੇਅਰਫੁਲ, ਆਪਣੇ ਸਰਾਊਂਡਿੰਗਸ, ਤੁਹਾਡੇ ਕੋਲ ਕੌਣ ਆ, ਤੁਸੀਂ ਕਿਹਦੇ ਟਰੱਸਟ ਕਰ ਸਕਦੇ ਹੋ ਕਿਤੇ ਨਹੀਂ। It's hard nowadays. Ruby Bassi from Seattle, Washington. We will meet again. Thank you for listening. Bye-bye.